ਬਾਲੀਵੁੱਡ ਦੇ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ دیਵਾਨਾ ਬਣਾ ਦਿੱਤਾ ਸੀ ਵਹੀਦਾ ਰਹਿਮਾਨ ਨੂੰ ਆਪਣੇ ਸਮੇਂ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੇ ਵਿੱਚ ਗਿਣਿਆ ਜਾਂਦਾ ਸੀ ਅੱਜ ਵੀ ਜੋ ਵੀ ਉਹਨਾਂ ਦੀ ਫਿਲਮ ਨੂੰ ਦੇਖਦਾ ਹੈ ਉਹਨਾਂ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ ਵਹੀਦਾ ਰਹਿਮਾਨ ਨੂੰ ਸਿਨੇਮਾ ਜਗਤ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਹਿ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਵਹੀਦ ਰਹਿਮਾਨ ਨੇ ਆਪਣੇ ਫਿਲਮੀ ਕੈਰੀਅਰ ਵਿੱਚ ਕਈ ਸ਼ਾਨਦਾਰ ਫਿਲਮਾਂ ਦੇ ਵਿੱਚ ਕੰਮ ਕੀਤਾ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਫਿਲਮੀ ਕੈਰੀਅਰ ਬਾਰੇ ਵਹੀਦਾ ਰਹਿਮਾਨ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਤੇਲਗੂ ਫਿਲਮਾਂ ਨਾਲ ਕੀਤੀ ਸੀ। ਉਹਨਾਂ ਨੇ ਕਈ ਤੇਲਗੂ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਫਿਰ ਉਹਨਾਂ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋਈ। ਉਹਨਾਂ ਦੀ ਪਹਿਲੀ ਹਿੰਦੀ ਫਿਲਮ ਸੀ ਆਈਡੀਸੀ ਜਿਸ ਵਿੱਚ ਦੇਵ ਆਨੰਦ ਦੇ ਨਾਲ ਵਹੀਦਾ ਰਹਿਮਾਨ ਨਜ਼ਰਾਈ ਅਤੇ ਗੁਰੂ ਦਤ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਸੀ। ਇਹ ਫਿਲਮ ਹਿੱਟ ਸਾਬਤ ਹੋਈ ਅਤੇ ਪਹਿਲੀ ਫਿਲਮ ਤੋਂ ਹੀ ਵਹੀਦਾ ਨੇ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਛਾਣ ਛੱਡੀ। CID ਦੇ ਹਿੱਟ ਹੋਣ ਤੋਂ ਬਾਅਦ ਵਹੀਦਾ ਰਹਿਮਾਨ ਅਤੇ ਗੁਰੂਦਤ ਨੇ ਕਈ ਫਿਲਮਾਂ ਦੇ ਵਿੱਚ ਇਕੱਠੇ ਕੰਮ ਕੀਤਾ ਪਿਆਸਾ ਕਾਗਜ਼ ਕਾਫੂਲ ਚੌਦਮੀ ਕਾ ਚਾਂਦ ਸਾਹਿਬ ਬੀਬੀ ਔਰ ਗੁਲਾਮ ਇਸ ਵਿੱਚ ਸ਼ਾਮਲ ਹਨ ਗੁਰੂਦਤ ਅਤੇ ਵਹੀਦਾ ਰਹਿਮਾਨ ਦੀ ਜੋੜੀ ਹਿੱਟ ਰਹੀ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਅਫੇਰ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਖਬਰਾਂ ਦੀ ਬੰਨੀ ਹੈ ਤਾਂ ਫਿਲਮ CID ਦੇ ਸਮੇਂ ਤੋਂ ਹੀ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸਨ ਗੁਰੂਦਤ ਵਹੀਦਾ ਨਾਲ ਡੂੰਘੇ ਪਿਆਰ ਦੇ ਵਿੱਚ ਸੀ ਅਤੇ ਉਹ ਫਿਲਮ ਵਿੱਚ ਉਸਦੇ ਨਾਲ ਕਈ ਸੀਨ ਲਿਖਦੇ ਸਨ ਗੁਰੂਦਤ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਅਤੇ ਜਦੋਂ ਉਹਨਾਂ ਦੀ ਪਤਨੀ ਗੀਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਕਾਫੀ ਨਾਰਾਜ਼ ਹੋਈ ਉਸ ਸਮੇਂ ਗੁਰੂਦਤ ਨੇ ਆਪਣੀ ਪ੍ਰੇਮਿਕਾ ਦੀ ਬਜਾਏ ਆਪਣੀ ਪਤਨੀ ਨੂੰ ਚੁਣਿਆ ਵਹੀਦਾ ਤੋਂ ਵਕ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਅਤੇ ਇੱਕ ਸਮਾਂ ਆਇਆ ਜਦੋਂ ਗੁਰੂਦਤ ਨੇ ਖੁਦਕੁਸ਼ੀ ਕਰ ਲਈ ਵਹੀਦਾ ਰਹਿਮਾਨ ਅਤੇ ਦੇਵਨੰਦ ਦੀ ਗਾਇਡ ਨੇ ਕਈ ਰਿਕਾਰਡ ਤੋੜੇ ਉਸ ਸਮੇਂ ਇਹ ਬਹੁਤ ਵੱਖਰੀ ਕਹਾਣੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਫਿਲਮ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਵੀ ਤੋੜੇ ਇਸ ਫਿਲਮ ਲਈ ਵਹੀਦਾ ਨੂੰ ਸਰਬੋਤਮ ਅਭਿਨੇਤਰੀ ਦਾ ਅਵਾਰਡ ਵੀ ਦਿੱਤਾ ਗਿਆ ਸੀ ਵਹੀਦਾ ਰਹਿਮਾਨ ਆਪਣੇ ਕੈਰੀਅਰ ਦੇ ਸ਼ਿਖਰ ਤੇ ਸੀ ਜਦੋਂ ਉਸਨੇ ਵਿਆਹ ਕਰਨ ਦਾ ਫੈਸਲਾ ਕੀਤਾ ਉਸਦਾ ਵਿਆਹ ਕਮਲਜੀਤ ਨਾਲ ਹੋਇਆ ਸੀ ਉਸ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਨਹੀਂ ਸੀ ਉਸ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਕਮਲਜੀਤ ਨਾਲ ਵਿਆਹ ਕਰਵਾ ਲਿਆ ਸੀ